जी फिर भी जाओ होटलों ने क्या है ठीक हो उम्मीद करने ठीक ठाक हो सो अल्लाह पाक ने हिफजनो मैंकत आता करे हो। अपना देश कश्मीर हाजर हाँ एक नवी न अज आए हैं जो के डोड़ा है अपने बड़े मामू ने घर काफी बंदे रिक्वेस्ट थे दुबारा वीडियो बनाओ असियो बनाई थी महीना डेढ़ हो गया काफ़ी बंदा पसंद की माल बछा चेक कराने जी देखो तो जी भड्डा काफ़ी रखी ने बारिश लथी है तो जनाब तक जी बारिश रुक है कि फिर खोलन गए फिर लाल जनाब अंदर रखी बकरियां तो भड्डा मिकस इधर कुत्ते फिरे काफी खुली जगह ये तो हवेली फिर फिरी ही है माल बछा अंदर भी जितना अंदर खुश रहना साल कट्टिया कट्टे बच्छिया सारा कुछ इतने मामूरा ਸ਼ੋਕ ਹੈ ਜੀ ਕਿਤਨੇ ਵਜੇ ਸਵੇਰ ਹੁੰਦਾ ਕੰਮ ਸ਼ੁਰੂ ਕਰਨੇ ਹਸਾਂ 7 ਵਜੇ 7 ਵਜੇ ਜੀ ਸਵੇਰ तकरीबन 6 ਵਜੇ ਪਹਿਲਾਂ ਚੋਈ ਜਾਈ ਨਾ ਫਿਰ ਅੱਗੇ ਪਛਾਰ ਖੋਲ-ਖਾਲ ਕੀਤਾ ਸਹੀ ਹੈ ਜੀ ਹਾਂ ਤੱਕਲਿਉ ਕਰਨੇ ਹੋ ਜਾਂ ਕੋਈ ਬੰਦਾ ਵੀ ਰੱਖਿਆ ਹਸਾਂ ਅੱਗੇ ਸੀ ਬੰਦਾ ਹੁਣ ਕੋਈ ਨਹੀਂ ਸਹੀ ਜਾਓ ਕਲਿਉ ਹਾਂ ਸਰ ਜੀ ਤੱਕ ਕਿਤਰਾ ਮਾਲ ਬਚਾ ਟੋਟਲ 17 ਰਕੇ ਭਾਈ ਜੀ ਕੱਟੀ ਹੈ ਮੈਂ ਕਿਹਾ ਸ਼ਾਮੇ ਇਤਨੀ ਖੁਸ਼ਬੂ ਹੋਣੀ ਹੈ ਥੋੜੇ ਦੜੇ ਰਸੀ ਉਹਨੇ ਬੜੀ ਖੁਸ਼ਬੂ ਹੈ ਪਤਾ ਲੱਗਣਾ ਉਹ ਹੈ ਜਿੰਨਾ ਮਾਲਟੀਆਂ ਨਹੀਂ ਹੈ ਹਾਂ ਹੋਰ ਕਿਸੀਂ ਤਮਾਉਂ ਜਾਂ ਕਿਤਨੇ ਟੋਟਲ ਬੂਟੇ ਲਗੇ 17 ਲਾਇ 100 ਘੰਟਾ ਹੋਗਾ 100 ਘੰਟਾ ਕਿਤਨਾ ਸਾਲਾਂ ਤੋਂ ਫਲ ਦੇਣ ਬੈਣੇ ਨੇ ਜੱਲਾਣੇ ਤੋਂ ਬਾਅਦ 13 ਸਾਲਾਂ ਸੁਨਿਆ ਸਾਲਾਂ ਬਾਅਦ ਤਾਂ ਸਾਂ ਤਾਂ ਕਿ ਆ ਜੀ ਉਸ ਨਾਲੇ ਮੁੰਡਾ ਨਾਲ ਸਵੈਦੀ ਮਾਰੀ ਹੈ ਇਸ ਨਾਲ ਕੀ ਕੋਈ ਫਾਇਦਾ ਹੋਣਾ ਇਸ ਨਾਲ ਸਰੀ ਸਰਦੀ ਗਰਮੀ ਦੇ ਬਚਨ ਨੇ ਨਾ ਔਰ ਕੀੜਾ ਸ਼ੀੜਾ ਹੋਣਾ ਉਹ ਨਹੀਂ ਲੱਗਣਾ ਸਹੀ ਹੈ ਉਮਰ ਘੱਟੇ ਹੋਣੀ ਮਾਲਟਾ ਨੇ ਮਤਲਬ ਚਾਨਣਾ ਪੈ ਜਾਣਾ ਜਾ ਬਹੁਤ ਘੱਟ ਮਸੇ 5-7 ਸਾਲ ਕਰਨੇ ਹੈ ਜਿਆਦਾ ਘੱਟ ਜਾਨੇ ਜਿਆਦਾ ਘੱਟ ਜਾਨੇ ਹੁਣ ਜਿਹੜੇ ਅੰਦਰ ਨਸਨ ਨੇ ਉਹ ਤੇ 20 ਸਾਲ ਤੀ ਜਿਆਦਾ ਨਹੀਂ ਸਹੀ ਹੈ ਵੈਸੇ ਕੋਈ ਸੁੱਕ ਜਾਣਾ ਇਹ ਨਾ ਇਹ ਨਾ ਬਿਲਕੁਲ ਜੀ ਬਖ ਬਖ ਕੁਆਲਟੀ ਜੇ ਇੱਕਿਆ ਜਾਨਾ ਮਸਮੀ ਮਾਲਟੇ ਕਿਨੋ ਬਖ ਬਖ ਸਹੀ ਹੈ ਭਰਾ ਦੇ ਥੀ ਮੋਲ ਭਰਾਏਗਾ ਇਹ ਚੀਜ਼ਾਂ ਖਤਮ ਹੋ ਗਈਆਂ ਗਰਾਵਾ ਵਿੱਚ ਬਹੁਤ ਘੱਟ ਬੰਦੇ ਕੰਮ ਕਾਜ ਨਹੀਂ ਕਰਦੇ ਕਹਾਲੇ ਪੈਸੇ ਬਾਹਰ ਆ ਜਾਣੇ ਨੇ ਕਿਹੜੀ ਲੋੜ ਆ ਇਹ ਕੰਮ पेਕਾਰ ਹੋ ਗਿਆ ਮੈਂ ਇੱਥੇ ਛਾਂਵੇਂ ਕੋਲ ਨਹੀਂ ਮੈਂ ਕਹਿਣਾ بارش ਆ ਚਲੋ ਬੇਕਾਰ ਹੋ ਗਈ ਹੈ ਇਹ ਵਾਕਿਆ ਬੇਕਾਰ ਹੋ ਗਈ ਹੈ ਕਿਆ ਵਜ੍ਹਾ ਆਈ ਹੈ ਇੱਕ ਬੰਦਾ ਗਿਆ ਦਬਈ ਜੀ ਠੀਕ ਹੈ ਨਾ ਸਹੀ ਹੈ ਕੁਛ ਹਨ ਚਾਚਾ ਪਾਪਾ ਜੀ ਉਹ ਫਿਰ ਇਹਦਾ ਲਾਹਣੇ ਨੇ ਇਹ ਜਿਹੜਾ ਬੰਦਾ ਨਾ ਸਾਰੇ ਨੇ ਇਹ ਖਰਚੇ ਪੂਰੇ ਕਰ ਅਸਾਂ ਨਹੀਂ ਹੱਥ ਲਾਣਾ ਸਹੀ ਹੈ ਜਿਹੜੇ ਦੇਣਾ ਰਿਹਾ ਸੀ ਚਿਹਰੇ ਤੇ ਖੁਸ਼ ਦੇ ਜਿਹੜਾ ਘਾਰ ਆ ਪੁਜੀਸ਼ਨ ਕਿਆ ਆਂਦਾ ਹੀ ਹੋ ਸੀ ਕੱਖ ਨਹੀਂ ਆ ਰਿਹਾ ਸੀ ਪੇਛੋੜਿਆ ਉਹਦੇ ਮੁੰਨੋ ਗੱਲ ਵੀ ਛੋੜ ਦੇ ਸਨ ਉਸ ਨਾਲ ਵੀਜ਼ਾ ਖਤਮ ਹੋ ਗਿਆ ਜੀ ਤੇ ਉਹ ਕਰ ਨੇ ਆਖਸ ਨੂੰ ਤੋ ਇਸ ਤਰ੍ਹਾਂ ਜਾਨਵਰ ਬੁੱਢਾ ਨਹੀਂ ਹੋ ਜਾਣਾ ਜੀ ਉਹ ਕਿਸਾ ਮਤਲਬ ਕੰਮ ਨਾਂ ਦੇ ਜਾਣਾ ਬੰਦੇ ਨੇ ਵੀ ਉਹ ਹਿਸਾਬ ਵਿੱਚ ਰੋ ਕਰਨਾ ਰਿਹਾ ਕੰਮ ਕਾਜ ਅਗਲੇ ਪਿਛਲੇ ਪੁੱਛਣਾ ਰਿਹਾ ਤਾਂ ਉਹ ਹੈ ਚੰਗਾ ਸਹੀ ਹੈ ਜਿੱਦੜਾ ਉਹ ਕਹਨੇ ਨਾ ਕੰਮ ਖਤਮ ਹੋ ਗਿਆ ਜੀ ਜਿਹੜਾ ਬੰਦਾ ਵੀ ਖਤਮ ਜਿਹੜਾ ਬੰਦਾ ਤਾਂ ਗਿਆ ਉਹ ਆਪਣਾ ਕੋਲ ਰੱਖਿਆ ਇਧਰ ਨਾ ਭੇਜਿਆ ਕਿਉਂਕਿ ਜੇ ਲੈ ਇਧਰ ਭੇਜਤੀ ਉਸ ਕੋਲ ਤਾਂ ਕੁਝ ਨਹੀਂ ਰਹਿਣਾ ਨਹੀਂ 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 ਇਹ ਗੱਲ ਨਹੀਂ ਇਹ ਗੱਲ ਨਹੀਂ ਇਹ ਗੱਲ ਨਹੀਂ ਮਤਲਬ ਉਸ ਵਿਚਾਰੇ ਆਪਣੇ ਚਾਹ ਨਹੀਂ ਪਿਆਲੀ ਵੀ ਨਹੀਂ ਪੀਣਾ ਸਾਡੇ ਘਰ ਨੇ ਲਾਦ ਸਹੀ ਹੋ ਜਾਣਾ ਹੁਣ ਉਹਦਾ ਆਪੂ ਵੀ ਖਾ ਪੀ ਜਾਣਾ ਜੀ ਜੀ ਸਾਰਾ ਨਾਨਾ ਨੂੰ ਨਕਰਿਆ ਆਪਣੇ ਨਾਂ ਘਰੇ ਨਹੀਂ ਨਾ ਆ ਬਿਲਕੁਲ ਘਰੇ ਨੇ ਜਲਾਵਨ ਚੰਗਾ ਨਾਮ ਦੇ ਨੇ ਉਹਨੇ ਤੋ ਕੀਤਾ ਕੇ ਕਰੋ ਕਰੋ ਥੋੜੀ ਕਰੋ ਜਿੰਨੀ ਸੋਖੇ ਕਰ ਸਕਣਿਓ ਜੀ ਇਤਨੇ ਤੰਗ ਹੋ ਗਏ ਆਪਣੇ ਬੰਦੇ ਨੂੰ ਖੁਸ਼ ਕਰੋ ਉਹ ਛੱਟ ਗਏ ਤੇਰੇ ਖੁਸ਼ ਜਿਹਰੇ ਦੇਣੇ ਰਸ ਜਿੱਦਾਂ ਤੂੰ ਹੱਥ ਛਕਿੰਦਾ ਉਹ ਨਰਾਜ਼ ਸਹੀ ਹੈ ਕਿਤੇ ਤੂੰ ਦੋੜੀ ਪਰ ਨਾ ਉਹ ਬਸ ਅੱਲਾ ਸੋਣੇ ਨੇ ਹਵਾਲਾ ਤਾਂ ਫਲਾਨ ਹੈ ਢੀਂਗ ਇਸ ਤਰ੍ਹਾਂ ਨਾ ਕਰੀ ਓਰੀਲਾ ਤਰੇ ਚਾਰ ਨਾ ਵੀ ਉਹਨੇ ਨੰਬਰ ਬਣਾਈ ਜੀ 1 2 3 4 ਸਹੀ ਠੀਕ ਹੈ ਸਹੀ ਹੈ ਉਹਦੀ ਮੈਂ ਖੁੱਲੀਆਂ ਨਹੀਂ ਪਾਰਦੇ ਤਾਂ ਮੈਂ ਵੀ ਕੋਈ 1000 ਰੁਪਿਆ ਜਾਂ 500 ਦਿਆ ਕਰੀ ਠੀਕ ਹੈ ਮੈਂ ਜਾਂ ਦੇ ਵੀ ਕੱਖ ਨਾ ਤਾਂ ਮੈਂ ਵੀ ਸਿਰ ਖਪਾਈ ਕਰਨਾ ਰਮਾ ਇਹ ਵੀ ਠੀਕ ਨਹੀਂ ਠੀਕ ਆ ਮਾਮਾ ਜਿਤਨੇ ਇਨਕਮ ਆਈ ਤੁਸੀਂ ਦੇਖ ਚੜਦਾ ਹੋਗਾ ਇਨਕਮ ਐ ਨਹੀਂ ਨੋੜਨਾ ਮਾਨਾ ਤੂੰ ਮੁਕਮਕਾ ਕਾ ਕਰੈਨ ਬਈ ਇੱਕ ਰੀਲਾ ਨੇ 500 ਚਾਹ ਲਈ 10000 ਚਾਹ ਲਈ ਜੇ ਇਹ ਵੀ ਨੇ ਦੇਣਾ ਦਮੀ ਉਹ ਫੋਟੋਆਂ ਵਾਲਾ ਫੋਨ ਐ ਨਹੀਂ ਫੋਟੋਆਂ ਵਾਲਾ ਫੋਨ ਆ ਉਹ ਤਾਂ ਬਹੁਤ ਮਹਿੰਗਾ ਹੋਇਆ ਸੀ 10000 ਰੁਪਏ ਫਾਪਾ ਤਾਂ ਤਰੇ ਵੀਡੀਓ ਬਣਾਈਆਂ ਤਾਂ 3000 ਰੁਪਏ ਉਹ ਕਿਤਨੇ ਨਾਮਣਾ ਉਹ ਤਾਂ ਮਹਿੰਗੇ ਨੇ ਦੋ ਦੋ ਦਾ ਦੋ ਦੋ ਲੱਖ ਨੇ ਜੀ ਨਾ 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 2 ਲੱਖ ਨੇ ਤੇ 8 ਲੱਖ 8 8000 ਨੇ ਲੋਕ ਕਹਿੰਦੇ ਨੇ 8000 ਨੇ ਮਾਮਾ ਹੁਣ ਟੈਕ ਤੇ 1.5-2 ਲੱਖ ਆ ਫੁੱਟ ਚੰਗੇ ਹੋਣਾ ਨਾ ਦਾ ਆਇਆ ਹਾਂ ਬਹੁਤ ਮਹਿੰਗੇ ਹੋ ਗਏ ਚਲ ਦਫਾ ਕਰ ਫਿਰ ਫੋਨ ਹਾਂ ਤੀ ਵੀਡੀਓ ਨੇ ਪੈਸੇ ਦੇ ਚੜਾ ਕਿਹਾ ਨੇ ਹਾਂ 500000 ਹਾਂ ਹਜ਼ਾਰ ਰੁਪਿਆ ਦੇ ਚੜਾ ਹਾਂ ਇਹ ਚੰਗੀ ਗੱਲ ਤੇ ਇਹ ਵੀਡੀਓ ਦਾ 3000 ਰੁਪਿਆ ਹਾਂ ਉਹ ਠੀਕ ਹੈ ਮਾੜ ਕੋ ਭਾਵੇਂ ਰੋਜ਼ ਦੋ ਬਨਵਾਈਆ ਠੀਕ ਹੈ ਜੀ ਉਹ ਬੜੀ ਜ਼ਬਰਦਸਤ ਬਣਾਵਾਂਗਾ ਜੀ ਇੰਦਸਤਾਨ ਦੀ ਪੁਰਾਣੀ ਜਿਹੜੀ ਹਿਸਟਰੀ ਹੈ ਨਾ ਜੀ ਉਸ ਨੇ ਬਾਰੇ ਵਿੱਚ ਸਹੀ ਹੈ ਉਹ ਤਰਾ ਚਾਰ ਹੀ ਲਾ ਨਾ ਵੀ ਸਹੀ ਹੈ ਤੀ ਬਣਾ ਦਿਆਂਗਾ ਉਸ ਨੇ ਚੇ ਦੱਸਾਂ ਵਾ ਮੋਗਲ ਕਦੋਂ ਆਏ ਤੇ ਕਦੋਂ ਮੁੱਕੇ ਸਹੀ ਹੈ ਨੰਬਰ 1 ਦੂਗੇ ਨੰਬਰ ਅੰਗਰੇਜ਼ ਕਦੋਂ ਆਏ ਕਦੋਂ ਗਏ ਬਿਲਕੁਲ ਜੀ ਬਾਕੀ ਜਿਹੜਾ ਅਫਰਾ ਤਫਰੀ ਮਚਣੀ ਦੀ ਕੋਣ ਕੋਣ ਦੇ ਲੋਕ ਮਚਾਣੇ ਰਹੇ ਨਾ ਮੁਗਲਾਂ ਦਾ ਸਿਸਟਮ ਖਤਮ ਹੋਇਆ ਮੁਗਲਿਆ ਦੌਰ ਨਾ ਆਹ ਉਹ ਉਹ ਸਾਰੀਆਂ ਗੱਲਾਂ ਦੱਸਾਂਗਾ 3000 ਰੁਪਇਆ ਵੀ ਲੈ ਆਵੀਂ ਸਹੀ ਹੈ ਇੱਕ ਵੀਡੀਓ ਬਣਾਣੀ ਆ ਉਸ ਤਰ੍ਹਾਂ ਇੱਕ ਆ ਤੁਹਾਡੇ ਬਣਾਣੀ ਆ ਇੱਕ ਇਹਦਾ ਚਲੋ ਇੱਕ ਦੋ ਤਰ੍ਹਾਂ ਕਰ ਚੋੜੀ ਨਾ ਚਲੋ ਜੀ ਇਸ ਤਰ੍ਹਾਂ ਹੀ ਕਰ ਰਹਾਂ ਹਾਂ ਇਹ ਠੀਕ ਹੈ ਨਾ ਅਜਣਾ ਸਾਹ ਦਾ ਡੰਗ ਰਿਆ ਸਨ ਮੈਂ 28 ਕੋ ਰਿਆ ਸਨ ਮੱਝਾ ਹੈ ਜਾਣਾ ਸਹੀ ਹੈ ਹਾਂ

ਜੇ ਫਿਰ ਵੀ ਜਗਾ ਉੱਥੇ ਭਾਂਡੇ ਦਾ ਵਾ ਹੋਟਲਾ ਨੇ ਨਾ ਤੇ ਸਨ ਕਿਹੜਾ ਕੋ ਬੋਝ ਆ ਕੋਸੇ ਬੰਦੇ ਕਿਸੇ ਨਾ ਦੇਣਾ ਤੇ ਨਾ ਬਿਲਕੁਲ ਬੁੱਢੇ ਬੰਦੇ ਨਾ ਕੋਈ ਨਹੀਂ ਹੋਣਾ ਨਾ ਕੋਈ ਨਹੀਂ ਹੋਣਾ ਉਸਕੇ ਨਾ ਉਹ ਉਹ ਜੇ ਬੂ ਕਰਤੀ ਨਾ ਆਪਣੇ ਬਾਲ ਬਚਨ ਨਹੀਂ ਆ ਵੀ ਕਰਾਂ ਉਹ ਵੀ ਕਰਾਂ ਉਹ ਵੀ ਚਵਲੀ ਹੈ ਜਦੋਂ ਬੰਦਾ ਬੱਚੇ ਜਵਾਨ ਹੋ ਜਾਣ ਸਾਰਾ ਬੋਝ ਉਹਨਾਂ ਦਾ ਛੱਟੋ ਉਹ ਆਪੇ ਹੀ ਕਰਨ ਨਾ ਆ ਔਲਾਦ ਕੀ ਕਰਨਾ ਚਾਹੀਦਾ ਤੇ ਬਾਕੀ ਇੱਕ ਗੱਲ ਮੈਂ ਇਹ ਇਹ ਹੋਰ ਵਪਾਰ ਚੜਾ ਵਿੱਚ ਗੱਲਾਂ ਬਾੜਛੜ ਹੋ ਜਾਏ ਜਿੱਤਰੀ ਮਰਜ਼ੀ ਹੈ ਬਾੜਛੜ ਹੋ ਦੇ ਬੰਦਾ ਬੁੱਢਾ ਹੋ ਜਾਏ ਨਾ ਜਾਂ ਕਰੇ ਨਾ ਲੜਾਈ ਨਾ ਕਰੇ ਕਰੇ ਨਾ ਕੋਈ ਪਸੰਦ ਨਹੀਂ ਕਰਨਿਆ ਨੰਬਰ 1 ਜਿੱਦ ਲੋ ਬੱਚੇ ਸੱਚੇ ਹੋਣਗੇ ਨਾ ਜਾਂ ਦੋਤਰ ਪੋਤਰ ਰਹਿ ਜਾ ਜੋ ਵੀ ਹੈ ਜੀ ਉਹ ਚੰਗਾ ਕੰਮ ਕਰਸਣ ਤੇ ਲੋਕ ਉਹਨੇ ਚੰਗੇ ਆਖਸਣ ਠੀਕ ਹੈ ਜੇ ਮਾੜਾ ਕਰਸਣ ਨਾ ਅਕਸਰ ਪੇ ਬੜਾ ਚੰਗਾ ਸੀ ਜੀ ਤੇ ਬੱਚੇ ਦਾ ਕੋਈ ਨਿਕਸਾ ਕੰਮ ਨਹੀਂ ਉਹ ਆਪਣੀ ਬੇਇੱਜ਼ਤੀ ਆਪੇ ਹੀ ਕਰਾਉਣਗੇ ਆਏ ਤਾਂ ਗੱਲ ਠੀਕ ਜਿਹੜਾ ਪੰਡਾ ਪੁੱਡਾ ਹੋ ਜਾਣਾ ਉਹ ਫੇ ਡਿਗਰੀ ਦੇ ਦੇਗਾ ਹੁਣ ਕਿ ਲੈ ਡੁੱਬ ਜਾਏਗਾ ਆਹ ਜ਼ਿੰਦਗੀ ਨੇ ਪਤਾ ਕੋਈ ਨਹੀਂ ਹੁਣ ਪਤਾ ਕਿ ਉਮਰ ਕੋ ਹੋ ਗਈ ਨਾ ਤੇ ਦਰਖਤ ਹੈ ਐ ਬਾਹਰ ਲੱਗੇ ਹੈ ਇਸੀ ਉਮਰ ਹੋ ਜਾਣੀ ਹੈ 100 ਸਾਲ ਜੀ ਉਹ ਬੋੜੀ ਜੀ ਨਾ ਜੀ ਕੋਈ ਵੀ ਦਰਖਤ ਹੈ ਚਲੋ ਮੈਂ ਤੇ ਉਹ ਉਸੇਨ ਮਿਸਾਲ ਆਹ ਜੀ ਇਸੇ ਭਾਵੇਂ ਫੇ ਕਿ 1 ਡਾਲਰ ਨਾ ਪਵੋ ਨੋ ਜੀ ਇਸਨ ਖਤਮ ਹੀ ਹੈ ਜਵਾਨ ਨਹੀਂ ਆਣਾ ਨਾ ਇਸ ਦੀ ਭੁਗ ਪੈ ਜੈ ਸੀ ਜਿਹੜਾ ਕੈਂਸਰ ਨਹੀਂ ਹੋਣੀ ਤੇ ਇਨਸਾਨ ਕੀ ਬਖਤ ਗਿਓ ਚੀਜ਼ ਹੋ ਜਾਣੀ ਹੈ ਭੁਗਾ ਜਾ ਹੋ ਜਾਣਾ ਖਤਮ ਹੋਇਆ ਉਸਕੇ ਇਹ ਬਾਪਾਂ ਦੋ ਦੋ ਨੇ ਮੁੰਡਾ ਨਾ ਪਾਉਨੋ ਬਚੀ ਨਹੀਂ ਸਕਣਾ ਨਾ ਇਸੇ ਤਰ੍ਹਾਂ ਬੰਦਾ ਜੇ ਤੂੰ ਬੁੱਢਾ ਹੋ ਜਾਣਾ ਨਾ ਉਹ ਜ਼ਿਆਦਾ ਚਿਰ ਕੱਢ ਨਹੀਂ ਸਕਣਾ ਸਹੀ ਹੈ ਇਸ ਕਰਕੇ ਘਰ ਨਹੀਂ ਲੜਾਈ ਤਸਾਦ ਨਹੀਂ ਕਰਨਾ ਚਾਹੀਦਾ ਜਾਨੀ ਤੂੰ ਜ਼ਿਆਦਾ ਮਿਹਨਤਾਂ ਕਰ ਕਰਕੇ ਦੂਏ ਕੀ ਦੇਓਗੇ ਕੱਲ ਵੀ ਨਰਾਜ਼ ਹੋ ਜਿੰਨੇ ਸੋਖੇ ਦੇ ਸਕਨੇ ਹੋ ਨਾ ਇਤਨੇ ਘਰ ਛਡੋ ਜੇ ਹੋਣੀ ਨਾ ਕਰੋ ਤਾਂ ਅਸੀਂ ਬੇਕਾਰ ਕਿਉਂ ਆਂ ਕੀ ਵਜ੍ਹਾ ਬੇਕਾਰ ਇਸ ਕਰਕੇ ਆਂ ਫੋਈ ਚਲੋ ਗੱਲ ਨਿਕਲੀ ਜਾਏਗੀ ਘੁੰਮਣ ਤੀ ਲੈ ਗਾ ਅੱਜ ਤੜੀ ਅਸੀਂ ਮੰਗਣੇ ਤੇ ਲੱਗੇ ਜਾ ਨਹੀਂ ਜਾ ਮੰਗਣੇ ਵਾਲਾ ਬੰਦਾ ਤੇ ਕੀ ਨਹੀਂ ਕਰ ਸਕਣਾ ਚਲੋ ਇੱਕ ਬੰਦਾ ਬੁੱਢਾ ਆ ਜਾਣਾ ਉਹ ਥੋੜਾ ਬਹੁਤਾ ਕੰਮ ਕਰਿਆ ਜਵਾਨ ਜ਼ਿਆਦਾ ਕਰਿਆ ਤੇ ਕੰਮ ਨਿਭਾ ਰਹਿਣਾ ਹੁਣ ਮੈਂ ਇਹਨਾਂ ਡੰਗਰਾਂ ਚ ਕੋਈ ਫਾਇਦਾ ਨਹੀਂ ਫਾਇਦਾ ਕਿਹੜਾ ਮੈਂ ਦਵਾਈਆਂ ਕੋ ਨਾ ਨਾ ਭੁੱਖ ਲੱਗ ਜਾਣੀ ਹੈ ਕੋਈ ਬਿਮਾਰੀ ਨਹੀਂ ਲੱਗਣੀ ਤੇ ਘਰ ਬੈ ਬੈ ਕੇ ਸੋਚ ਸੋਚ ਕੇ ਬੰਦਾ পাগল ਹੋ ਜਾ ਇਹਨੇ ਕੋਈ ਫਾਇਦਾ ਕੋਈ ਨਹੀਂ ਫਾਇਦਾ ਕਹਿਣਾ ਹਾਂ ਵੇਚਣਾ ਜਿੱਤਨੇ ਨਹੀਂ ਵੇਚ ਕੇ ਚਲੋ ਜੀ ਜੀ ਲੱਖਾਂ ਦੇ ਵਿੱਚ 86 50 ਜਿੱਤਨੇ ਵਿੱਚ ਮੈਂ ਕੋ ਮੰਗਣਿਆ ਲਾਵਾ ਉਸ ਕੀ ਵਿਚੋ ਚਾਹ ਦੇਣਾ ਜੀ ਇੱਕ ਅਦੇ ਨਹੀਂ ਆਖੇ ਬਈ ਮੈਂ ਕੋ ਮੈਂ ਕਰਨੇ ਕਹਿਨ ਪੈਸੇ ਬੁੱਢੇ ਬੰਦੇ ਕੀ ਲਾਲਚ ਨਹੀਂ ਕਰਨਾ ਚਾਹੀਦਾ ਬਿਲਕੁਲ ਇਹ ਬੜੀ ਪੂਰੀ ਗੱਲ ਜਵਾਨ ਬੰਦਾ ਹਣਾ ਸਾਰੇ ਕਰਨੇ ਹਨ ਨਾ ਜੀ ਤੇ ਜੇ ਲੱਗ ਬੁੱਢਾ ਹੋ ਜਾ ਬੰਦਾ ਉਹ ਰਫਾ ਦਫਾ ਕਰਾ ਲਾਲਚਾਂ ਦੀ ਜੀ ਜੀ ਸਹੀ ਸੋਹਣੀ ਗੱਲ ਜਿਹੜਾ ਥੋੜਾ ਬਹੁਤਾ ਆਪਣਾ ਲਗਨ ਮਾਰ ਚੱਲਣਾ ਠੀਕ ਹੈ ਕੰਮ ਨਾ ਛੋੜਾ ਬੁੱਢਾ ਜੇ ਜੀਣਾ ਨੂੰ ਸੁਆਦ ਹੈ ਨਾ ਤੇ ਜਿਸ ਤਰ੍ਹਾਂ ਜਵਾਨੀ ਚ ਕੰਮ ਕਰਨਾ ਰਿਆ ਨਾ ਉਸ ਤੋਂ ਥੋੜਾ ਕਰਨੇ ਸਹੀ ਹੈ ਜੇ ਦੁਕਾਨ ਹੈ ਜੋ ਵੀ کاروبار ਉਹ ਨਰਿਆ ਜੇ ਕੰਮ ਨਹੀਂ ਲੱਭਣਾ ਉਸ ਉਹ ਉਸ ਲਾਇਨ ਨੇ ਬੰਦੇ ਕੋਲ ਜਾਬ ਆ ਗਿਆ ਕਰਾ ਜੀ ਉਹਨਾਂ ਦਿਲ ਭੁਲਿਆ ਰਿਆ ਸੀ ਜੀ ਠੀਕ ਹੈ ਇੱਕ ਦੁਕਾਨਦਾਰ ਹੈ ਮन्ने ਆਪਸੀ ਕਰ ਰਹੇ ਨੇ ਦਫਾ ਕਰ ਦੁਕਾਨ ਕੋਈ ਫਾਇਦਾ ਨਹੀਂ ਇਹ ਹੈ ਉਹ ਛੋੜ ਦਿਆ ਪਰ ਉਹ ਦੁਕਾਨਦਾਰਾ ਕੋਲ ਜਾ ਕੇ ਭਵਿਆ ਜ਼ਰੂਰ ਕਰੇ ਬਿਲਕੁਲ ਉਸਕੀ ਖੁਸ਼ੀ ਮਿਲੇਗੀ ਖੁਸ਼ ਰਹੇਗਾ ਐ ਇਹ ਗੱਲ ਹੈ ਨਾ ਉਸਕੀ ਬਿਮਾਰੀ ਨਹੀਂ ਲੱਗਣ ਦੀ ਸਮਝੇਗਾ ਮੈਂ ਜਵਾਨ ਹਾਂ ਬਿਲਕੁਲ ਉਹ ਥਾਏ ਮੱਖੀਆਂ ਦੇ ਤੂੰ ਜਵਾਨ ਹੈ ਇਹ ਇਕੱਲਾ ਨਹੀਂ ਗੱਲ ਹੈ ਐ ਪਤਾ ਹੈ ਮੱਖੀਆਂ ਦੇ ਆਏ ਨੇ ਆਣੇ ਤੂੰ ਜਵਾਨ ਹੈ ਮੈਂ ਕਿਸ ਤਰ੍ਹਾਂ ਆਣਾ ਕਿਤਨਾ ਤੂੰ ਕੰਮ ਕਰਨਾ ਹੈ ਟੁਰਨਾ ਫਿਰਨਾ ਹੈ ਉਮਰ ਨੇ ਹਿਸਾਬ ਦਾ ਤੇ ਜੇ ਬੁੱਢਾ ਆਵੇਂ ਤੇ ਤੁਹਾਡੇ ਕੋਲ ਇਹ ਬੰਦਾ ਕੰਮ ਕਰ ਸਕਣਾ ਮੈਂ ਮੈਂ ਖੁਸ਼ ਹੋ ਗਿਆ ਮੈਂ ਤੂੰ ਗੱਲ ਠੀਕ ਆਖੀ ਹੈ ਆਪੇ ਕਿਰਾਨ ਹੈ ਉਹ ਜਿਹੜਾ ਪਠਾਨ ਹੈ ਜੀ ਉਹਨਾਂ ਤੋਂ ਕੋਈ ਨਹੀਂ ਬੁੱਢਾ ਮੈਂ ਥੋੜਾ ਜਿਹਾ ਹਸਲਾ ਜਾਂ ਦੇ ਗਿਆ ਨਾ ਮੈਂ ਹਾਂ ਠੀਕ ਆ ਹਣੇ ਮੈਂ ਕੋਈ ਨਹੀਂ ਬੁੱਢਾ ਤੇ ਇਸ ਕਰਕੇ ਜਿਹੜੇ ਬੰਦੇ ਬੇਕਾਰ ਬੇਲੇ ਹੋ ਜਾਣੇ ਨਾ ਕੱਲਿਓ ਗੱਲਾਂ ਕਰਨੇ ਰਹਸਨ ਜੀ ਕਿਆ ਗੱਲਾਂ ਕਰਨੇ ਉਹ ਮੂੜਾ ਪੈਸੇ ਖਾ ਗਿਆ ਕੁੜੀ ਖਾ ਗਈ ਹੈ ਫਲਾਣਾ ਰਿਸ਼ਤੇਦਾਰ ਖਾ ਗਿਆ ਕੱਲਾਈ ਬਿਲਕੁਲ ਗਾਲੀਆਂ ਕੱਢਣ ਨਾਲ ਪੈਸੇ ਨਾਲ ਸਹੀ ਹੈ ਤੇ ਜੇ ਬੰਦਾ ਆਇਆ ਮਸਰੂਫ ਰਵੈ ਤੇ ਇਨਾਂ ਚੀਜ਼ਾਂ ਤੋਂ ਬਚ ਸਕਦਾ ਮਾਰਵਚਾ ਤੁਸਾਂ ਆਪੇ ਬੀਜੀ ਰੱਖਣੇ ਵਾਸਤੇ ਮਸਾਂ ਕੋਈ ਬਿਮਾਰੀ ਨਹੀਂ ਸਮਾਰੀ ਅਗਰ ਤੁਸਾਂ ਮਾਰਵਚਾ ਨਾ ਰੱਖਿਆ ਹੋਣਾ ਤੇ ਯਕੀਨਨ ਤੁਸਾਂ ਗੋਲੀਆਂ ਖਾਣੇ ਹੋਣ ਤਾਂ ਯਾ ਮਾਜੇ ਤਾਂ ਕਿਉਂਕਿ ਤੂੰ ਜ਼ਹਿਰਾ ਬੰਦਾ ਏ ਸੂਰ ਨੋ ਫਿਰ ਨਹੀਂ ਕੋਣੀ ਬਾਕੀ ਕੰਮ ਕਾਜ ਹੀ ਕੋਣੀ ਬੰਦਾ ਕਹਿ ਰਿਹਾ ਹੈ ਮੈਂ ਤੀ ਨਿੰਦਰਾ ਇਸ ਦਾ ਸੋਚ ਬਹੁਤ ਚੰਗੀ ਸੀ ਨਿੰਦਰਾ ਦੀ ਗੋਲੀਆਂ ਖਾਣੀਆਂ ਪੈਣੀਆਂ ਨੂੰ ਬਿਲਕੁਲ ਹਾਂ ਹੁਣ ਤਾਂ ਤਕਰੀਬਨ 50 ਤੋਂ 60 ਦੇ ਵਿੱਚ ਆ ਜਿਹੜਾ ਬੰਦਾ ਜਾਣਾ ਉਸ ਖੁੰਡੀ ਪੋੜੀ ਹੋਣੀ ਹੈ ਜੀ ਮਾਸ਼ਾਅੱਲਾ ਸੁਣ ਤੇ ਠੀਕ ਹੈ ਹਾਂ ਬੜਾ ਪੇ ਜਨਾਬ ਆਣੇ ਜੀ ਆਤਾ ਕੋ ਬੁੱਢੇ ਹੋ ਗਏ ਜੀ खुंडी बोड़ी जानी लाजमी बाना जी इन्होंने उमर कितनी है तो लाजमी बाना उमर कितनी आसा नहीं बाना फिर पता लग सी समझ लगनी है नुकसान हो गया जो उस बंदे ना ती क्या ਇਹ ਬੰਦਾ ਫਾਇਦੇ ਨੁਕਸਾਨਾਂ ਸੋਚਿਆ ਵਫਲਾਣਾ ਕੰਮ ਕਰਾਂ ਤਾਂ ਮੈਂ ਬੜਾ ਅਮੀਰ ਹੋ ਜਾਰ ਇਤਨੀ ਸੋਚ ਹੋਵੇ ਤਾਂ ਕਿਸਮਤ ਨਾਲ ਕੁਝ ਨਹੀਂ ਮਿਲਣਾ ਤੇ ਜ਼ਿਆਦਾ ਜ਼ਿਆਦਾ ਮੈਂ ਇਹਨਾਂ ਲੋਕਾਂ ਨੂੰ ਇਹ ਗੱਲ ਆਖਣਾ ਬਈ ਇਹ ਧੋਪ ਰਾਨ ਨਾ ਜਾਂ ਜਨਾ ਕਰਨ ਇਹ ਕੀ ਕੀ ਧਾਰਚਾ ਹੀ ਨਾ ਧਾਰ ਦੇਣ ਆਖਣ ਭਾਈ ਮੁਰਕੇ ਮੋੜ ਕੇ ਦੇ ਹੈ ਉਹ ਉਹਨਾਂ ਨੇ ਤਲਾਕਾਤ ਵੀ ਠੀਕ ਤਿਗੇ ਰਹੇ ਸਨ ਤੇ ਉਹਨੇ ਪੈਸੇ ਵੀ ਮੋੜ ਆਫ ਸੰ ਇੱਕ ਖਾ ਜਾਣਾ ਵੇ ਸਾਰੀ ਦੁਨੀਆ ਦਾ ਮਾੜਾ ਲਾਲਾ ਮਾੜਾ ਮਾੜੇ ਲੱਖ ਰੁਪਈਆ ਖਾ ਗਿਆ ਸੀ ਤੇ ਨਾਂ ਲਖ ਦਿਓ ਦਾ ਨਾਂ ਇਰੱਲਾ ਬਾਓ ਉਹਨਾਂ ਨੇ ਤਲਕ ਠੀਕ ਰਹਿਣਗੇ ਜਿਹੜੇ ਲੋਕ ਇੱਕ ਦੂਗੇ ਤੇ ਜ਼ਿਆਦਾ ਟਰਸਟ ਨਹੀਂ ਕਰਨੇ ਯਕੀਨ ਜ਼ਿੰਦਗੀ ਦੇ ਬਾਰੇ ਬਾਸ਼ਰੋ ਯੂਕੇ ਨਾਲੋਂ ਤਾਂ ਪਾਕਿਸਤਾਨੀ ਜ਼ਿੰਦਗੀ ਬਾਰੇ ਥੋੜੀ ਜਿਹੀ ਘਰੇ ਜ਼ਿਆਦਾ ਬਿਹਤਰ ਹੈ ਠੀਕ ਹੈ ਉੱਥੇ ਨਹੀਂ ਵੀ ਜਿਨ੍ਹਾਂ ਗੱਡੀਆਂ ਹੋਣੀਆਂ ਸਨ ਉਹਨੇ ਰੱਖਿਆ ਹੋਣੀ ਸੀ ਜੀਬੀ ਗ੍ਰੇਡ ਬੇਟਨ ਆ ਬੇਲਗੋੜ ਉਹ ਉਹ ਘੱਟ ਤਾਂ ਕਿਹਾ ਹੈ ਹੈ ਉਹ ਨਾ ਕੋਣੀ ਬਸ ਇਹ ਹੈ ਜੀ ਆਪਣਾ ਖਿਆਲ ਰੱਖਣਾ ਆਪਣੀ ਸਿਹਤ ਨਾਲ पिछले टाइम करने अगर वीडियो अच्छी लगी उसके लाइक करना शेयर करना और चैनल की लाजमी सब्सक्राइब करना है इन शाह नवी सहने वाला है